ਅਕਸਰ ਹੀ ਲੀਡਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ, ਪਰ ਕੋਈ ਵਿਰਲਾ ਹੀ ਉਹਨਾਂ ਵਾਅਦਿਆਂ ਨੂੰ ਸਿਰੇ ਚੜਾ ਪਾਉਂਦਾ ਹੈ। ਪਰ ਫਾਜ਼ਿਲਕਾ ਵਿੱਚ ਸਭ ਨੂੰ ਅਚੰਭੇ ਵਿੱਚ ਪਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੋਂ ਦੇ ਹਲਕਾ ਬਲੂਆਣਾ ਦੇ ਪਿੰਡ ਢੀਂਗਾ ਵਾਲੀ ਵਿੱਚ ਸਹਾਰਨ ਪਰਿਵਾਰ ਦੇ ਸਰਪੰਚ ਨੇ ਪਿੰਡ ਦੇ ਗਰੀਬ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ ਉਹ ਨਿਭਾ ਕੇ ਦਿਖਾਏ ਅਤੇ ਪਿੰਡ ਦੇ ਗਰੀਬ ਲੋਕਾਂ ਨੂੰ ਆਪਣੀ ਮਾਲਕੀ ਜ਼ਮੀਨ ਵਿੱਚੋਂ 64 ਪਲਾਟ ਵੰਡ ਕੇ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਪਿੰਡ ਢੀਂਗਾ ਵਾਲੀ ਦੇ ਸਰਪੰਚ ਯੋਗੇਸ਼ ਸਹਾਰਨ ਨੇ ਮੀਡੀਆ ਨੂੰ ਦੱਸਿਆ ਕਿ ਜਦ ਉਹ ਸਰਪੰਚੀ ਦੀ ਚੋਣ ਮੌਕੇ ਪਿੰਡ ਦੇ ਛੱਪੜ ਕੰਡੇ ਬੈਠੇ ਬੇਘਰ ਲੋਕਾਂ ਕੋਲੋਂ ਵੋਟ ਮੰਗਣ ਗਏ ਤਾਂ ਉੱਥੇ ਮੌਜੂਦ ਲੋਕਾਂ ਦੁਆਰਾ ਉਹਨਾਂ ਨੂੰ ਕੋਰਟ ਵੱਲੋਂ ਮਿਲੇ ਨੋਟਿਸ ਬਾਰੇ ਦੱਸਿਆ ਕਿ ਛੱਪੜ ਦੀ ਪੰਚਾਇਤੀ ਜ਼ਮੀਨ ਜਲਦ ਤੋਂ ਜਲਦੀ ਖਾਲੀ ਕਰ ਦਿੱਤੀ ਜਾਏ। ਉਹਨਾਂ ਕਿਹਾ ਕਿ ਲੋਕਾਂ ਨੇ ਉਹਨਾਂ ਤੋਂ ਰਹਿਣ ਲਈ ਖੁਦ ਦਾ ਘਰ ਮੰਗਿਆ। ਯੋਗੇਸ਼ ਦਾ ਕਹਿਣਾ ਕਿ ਉਦੋਂ ਤੋਂ ਹੀ ਉਹਨਾਂ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣ ਜਿੱਤ ਗਏ ਤਾਂ ਸਾਰਿਆਂ ਨੂੰ ਰਹਿਣ ਲਈ ਆਪਣੀ ਖੁਦ ਦੀ ਮਾਲਕੀ ਜ਼ਮੀਨ ਵਿੱਚੋਂ ਪਲਾਟ ਦੇਣਗੇ। ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਆਪਣੀ 2 ਕਿੱਲੇ ਜ਼ਮੀਨ ਵਿੱਚ ਨਕਸ਼ਾ ਬਣਵਾ ਕੇ 64 ਲੋਕਾਂ ਨੂੰ 4.25 ਮਰਲੇ ਦੇ ਪਲਾਟ ਵੰਡ ਦਿੱਤੇ ਨੇ। ਸਰ, ਯੋਜਨਾ ਤਾਂ ਯੂੰ ਹੈ, ਹਮਾਰੇ ਗਾਂਵ ਮੇਂ ਜੋ ਗਰੀਬ ਤਬਕਾ ਹੈ ਉਨਕੇ ਪਾਸ ਰਹਿਣੇ ਕੀ ਜਗ੍ਹਾ ਨਹੀਂ ਹੈ, ਤੋ ਉਸਕੇ ਤਹਿਤ ਮੈਨੇ ਪਰਸਨਲੀ ਆਪਣੇ ਮਤਲਬ ਖੁਦ ਕੀ ਜ਼ਮੀਨ ਮੇਂ ਯੇ ਦੇਖਾ ਵੀ ਉਨਕੋ ਪਲਾਟ ਕੀ ਜ਼ਰੂਰਤ ਹੈ, ਤੋ ਉਸਕੇ ਤਹਿਤ ਹੀ ਹਮਨੇ ਯੇ ਕਦਮ ਉਠਾਇਆ। ਅਰੇ ਆਜ ਦੀਪਾਵਲੀ ਕਾ ਦਿਨ ਹੈ ਤੋ ਬੜਾ ਸ਼ੁਭ ਤਿਉਹਾਰ ਹੈ ਹਮਾਰੇ ਸਮਾਜ ਕੇ ਲੀਏ, ਤੋ ਹਮਨੇ ਆਜ ਇਸਕਾ ਉਦਘਾਟਨ ਕੀਆ ਹੈ ਪਲਾਟੋਂ ਕਾ। ਗਰੀਬ ਤਬਕਾ ਹੈ ਜੋ ਹਮਾਰੇ ਰਹਿ ਰਹੇ ਹੈ ਹਮਾਰੇ ਗਾਂਵ ਮੇਂ, ਉਨਕੇ ਰਹਿਣੇ ਕੇ ਲੀਏ ਉਨਕੇ ਮਤਲਬ ਜਗ੍ਹਾ ਨਹੀਂ ਹੈ ਰਹਿਣੇ ਕੇ ਲੀਏ। ਇਹ ਜੀ ਲਗਭਗ 2.25 ਏਕੜ ਜ਼ਮੀਨ ਹੈ ਜੀ, ਬਕਾਇਦਾ ਨਕਸ਼ਾ ਨੁਕਸਾ ਬਣਾ ਕੇ ਮਤਲਬ 64 ਪਲਾਟ ਹੋ ਜਾਏਗੇ, ਅਗਰ ਹੋਰ 20 ਮੇ ਨਿਕਲੇਂਗੇ ਤੋ। ਉੱਥੇ ਹੀ ਪਿੰਡ ਦੇ ਸਾਬਕਾ ਪੰਚ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਸਰਪੰਚ ਸਾਹਿਬ ਨੇ ਲੋਕਾਂ ਨਾਲ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਜੋ ਅੱਜ ਉਹਨਾਂ ਨੇ ਪੂਰਾ ਕਰ ਦਿਖਾਇਆ, ਅਤੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਇਹਨਾਂ ਦੇ ਘਰ ਵੀ ਬਣਵਾ ਕੇ ਦੇ ਦਿੱਤੇ ਜਾਣਗੇ। ਨਹੀਂ, ਵਿਚਾਰ ਕਿਆ ਹੈ ਸਰ, ਹਮਨੇ ਜੋ ਦੇਖਾ ਹੈ ਵੀ ਮੈਂ ਇਸ ਗਾਂਵ ਮੇਂ ਆਇਆ ਹੂੰ, ਮੈਨੇ ਸਰਪੰਚ ਸਾਹਿਬ ਕੀ ਕਾਰਯ ਪ੍ਰਣਾਲੀ ਦੇਖੀ ਹੈ, ਜੋ ਇਹਨੋ ਗਾਂਵ ਕਾ ਕਾਮ ਵਿਕਾਸ ਕਾ ਕਾਮ ਕਰ ਰਹੇ ਹੈ, ਇਹ ਬਹੁਤ ਅੱਛਾ ਕਰ ਰਹੇ ਹੈ। ਇਲੈਕਸ਼ਨ ਕੇ ਟਾਈਮ ਵੀ ਮੈਂ ਇਨਕੇ ਸਾਥ ਰਹਾ ਹੂੰ, ਮੈਂ ਵਹਾਂ ਪੇ ਇਨਕੇ ਸਾਥ ਖੁਦ ਗਿਆ ਥਾ ਵੋਟ ਮੰਗਣੇ ਕੇ ਲੀਏ, ਤੋ ਉਨ ਗਰੀਬ ਮੇਰੇ ਭਾਈਓਂ ਕੀ ਯੇ ਮੰਗ ਥੀ, ਡਿਮਾਂਡ ਥੀ ਕਿ ਹਮੇਂ ਬੈਠਨੇ ਕੇ ਲੀਏ ਜਗ੍ਹਾ ਦੀ ਜਾਏ, ਤੋ ਹਮਾਰੇ ਭਾਈਓਂ ਨੇ ਯੇ ਨਿਰਣੇ ਕੀਆ ਵੀ ਮੈਂ ਮੇਰੀ ਪਰਸਨਲ ਜ਼ਮੀਨ ਮੇਂ ਸੇ ਉਨ ਭਾਈਓਂ ਕੇ ਲੀਏ ਜ਼ਮੀਨ ਵਗੈਰਾ ਕਾ ਪ੍ਰਬੰਧ ਕਰਕੇ ਦੂੰਗਾ, ਔਰ ਜੈਸਾ ਵੀ ਕੁਛ ਹੋਗਾ ਵਹਾਂ ਮਕਾਨ ਬਣਾਉਣੇ ਕੀ ਹੋਗੀ, ਲਾਈਟ ਕਾ ਹੋਗਾ, ਵੋ ਵੀ ਮੈਂ ਕਰਨੇ ਕੀ ਪੂਰੀ ਕੋਸ਼ਿਸ਼ ਕਰੂੰਗਾ। ਸਰਪੰਚ ਦੇ ਭਰਾ ਨੇ ਕਿਹਾ ਕਿ ਉਹ 3 ਭਰਾ ਹਨ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਵਿਚਾਰ ਕਰਕੇ ਇਹ ਪਲਾਟ ਵੰਡੇ ਹਨ, ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਗਰੀਬ ਲੋਕਾਂ ਨੂੰ ਆਪਣਾ ਆਸ਼ੀਆਨਾ ਮਿਲ ਗਿਆ। ਚੁਣਾਵ ਦੌਰਾਨ ਸਰਪੰਚ ਯੋਗੇਸ਼ ਕੁਮਾਰ ਨਾ ਮੇਰੋ ਛੋਟੋ ਭਾਈ ਹੈ ਜੀ, ਜਦ ਮੈਂ ਬੈਠੇ ਗਏ ਤਾਂ ਆਹੀ ਮੰਗ ਹੁੰਦੀ ਵੀ ਹਰ ਵੋਟ ਆਵੇ 5 ਸਾਲਾਂ ਬਾਅਦ, ਤੋਂ ਲੋਕ ਆ ਗਿਆ ਸ਼ੋਸ਼ਣ ਕਰਤਾ ਵੀ ਥਾਏ ਮਨ ਵੋਟ ਦੇ ਦਿਓ, 1900 ਚੰਡੀਗੜ੍ਹ ਮੁੱਲੋ ਵੱਜਿਆ ਜੀ, ਜੋੜੇ ਜ਼ਮੀਨ 'ਤੇ ਬੈਠੇ ਵੀ ਥਾਨੇ ਖੜਿਆ ਕਰ ਦਿਆਂਗਾ ਹਾਈਕੋਰਟ ਦਾ ਆਰਡਰ ਹੈਗਾ। ਆਹੀ ਆ ਪੀੜਾ ਸੁਣ ਗਏ, ਫਿਰ ਮੈਂ ਦੋਨਾਂ ਭਾਈਆਂ ਵਿਚਾਰ ਕਰਿਓ, ਪਰ ਵਿਚਾਰ ਕਰਕੇ ਆਨੇ 2 ਕਿੱਲਾ ਜ਼ਮੀਨ ਮੈਂ ਜਿੱਤਾ ਵੀ ਕਰਾਂ ਆਨੇ ਪਰ ਘਰ ਨੇ 4 ਮਰਲਾ ਜ਼ਮੀਨ ਦੇ ਕੇ ਅਠੇ ਮੇ ਆ ਜਾਓ ਮੂਰਤ ਕਰਿਓ ਜੀ ਮੈਂ ਪਲਾਟਾਂ। ਪਲਾਟ ਮਿਲਣ ਵਾਲੇ ਲੋਕਾਂ ਨੇ ਵੀ ਸਰਪੰਚ ਸਾਹਿਬ ਵੱਲੋਂ ਉਹਨਾਂ ਨੂੰ ਪਲਾਟ ਦਿੱਤੇ ਜਾਣ 'ਤੇ ਧੰਨਵਾਦ ਕੀਤਾ, ਅਤੇ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਛੱਪੜ ਦੇ ਕੰਢੇ ਕਬਜ਼ੇ ਵਾਲੀ ਜ਼ਮੀਨ ਉੱਤੇ ਬੈਠੇ ਸਾਂ, ਪਰ ਅੱਜ ਉਹਨਾਂ ਨੇ ਸਾਨੂੰ ਪਲਾਟ ਦੇ ਕੇ ਪੁੰਨ ਦਾ ਕੰਮ ਕੀਤਾ ਹੈ। ਹਾਂ ਜੀ, ਮੈਨੂੰ ਪਲਾਟ ਮਿਲਿਆ ਹੈ ਸਰਪੰਚ ਸਾਹਿਬ ਜਗੇ ਸਰਪੰਚ ਸਾਹਿਬ ਨੇ ਬਹੁਤ ਬਹੁਤ ਅੱਛਾ ਕੰਮ ਕੀਤਾ ਜੀ, ਔਰ ਅੱਜ ਮੈਂ ਬਹੁਤ ਖੁਸ਼ ਹਾਂ।
और गरीब भाइयों को सबको प्लाट दिया है। आज तक ऐसा कोई सरपंच नहीं मिला जो हमें कोई प्लाट दे सका। पहली बार ऐसा सरपंच मिला है जो हमें प्लाट मिला है। इनका बहुत बहुत धन्यवाद। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਬਾਬੂਸ਼ਾਹੀ ਟਾਈਮਜ਼।